ਸਕੰਜਾ ਦੇ ਵਿੱਚ ਆ ਗਿਆ ਅਮਰਤਪਾਲ ਆਹ ਹੋ ਗਿਆ ਖਾਲਸਾ ਜੀ ਇਹੋ ਜਿਹੇ ਪਰਮ ਪੋਕੰਡੇ ਕਰਕੇ ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਅਮਰਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਹੜਾ ਬੰਬ ਚਲਾਇਆ ਦੱਸਣ ਸਰਕਾਰਾਂ ਕਿੱਥੇ ਉਹਨਾਂ ਨੇ ਕਤਲੇਆਮ ਕੀਤਾ ਹੈ ਅਮਰਤਪਾਲ ਨੇ ਅਮਰਤ ਦੀ ਲਹਿਰ ਚਲਾਈ ਖਾਲਸਾ ਵੀਰ ਦੇਖੋ ਕਿੰਨਾ ਝੂਠ ਬੋਲਦੇ ਨੇ ਭਾਈ ਅਮਰਤਪਾਲ ਸਿੰਘ ਨੇ ਅੰਮ੍ਰਿਤ ਵੇਲੇ ਪਿੰਡ ਰੋਡਾ ਦੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਉਹਨਾਂ ਦਾ ਜਨਮ ਸਥਾਨ ਹੈ ਇਤਨੇਮ ਕਰਕੇ ਅਰਦਾਸਾ ਸੋਧ ਕੇ ਸਿੱਖ ਸੰਗਤਾਂ ਨੂੰ ਸੰਬੋਧਨ ਹੋ ਕੇ ਕਿਹਾ ਕਿ ਅਸੀਂ ਗ੍ਰਿਫਤਾਰੀ ਦਿੰਦੇ ਹਾਂ ਪਰ ਸਰਕਾਰਾਂ ਝੂਠ ਬੋਲ ਰਹੀਆਂ ਨੇ ਜਿਹੜਾ ਸੋਸ਼ਲ ਮੀਡੀਆ ਗੋਦੀ ਮੀਡੀਆ ਸਾਨੂੰ ਹਮੇਸ਼ਾ ਹੀ ਬਦਨਾਮ ਕਰਨ ਤੇ ਤੁਲਿਆ ਰਹਿੰਦਾ ਹੈ ਉਹ ਵੀ ਦੇਖੋ ਕਿਸ ਤਰ੍ਹਾਂ ਖੱਪ ਪਾ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਪੰਥ ਬੈਠਾ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਇਹ ਖਾਲਸਾ ਪੰਥ ਜਿਉਂਦਾ ਹੈ ਅਸੀਂ ਕਾਨੂੰਨੀ ਜਾ ਚਾਰ ਜੋਈ ਦੇ ਛੱਤੇ ਤੁਹਾਨੂੰ ਰਿਹਾ ਕਰਾਵਾਂਗੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅਦਬ ਸਤਿਕਾਰ ਦੇ ਵਿੱਚ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੀ ਗੱਜ ਕੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ ਤੋਂ ਲਗਾਤਾਰ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਜਿਹੜੇ ਕੌਮ ਦੇ ਯੋਧੇ ਹੀਰੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਲੈਣ ਲਈ ਤੇ ਕਾਨੂੰਨ ਬਣਾਉਣ ਲਈ ਸਖਤ ਦੋਸ਼ੀਆਂ ਨੂੰ ਘੱਟ ਤੋਂ ਘੱਟ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਵੇ ਇਹੋ ਜਿਹੀਆਂ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ ਬਾਈਬਲ ਕਲਾਂ ਕੋਟਕਪੂਰੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਬਾਉਣ ਲਈ 328 ਸਰੂਪ ਸ਼੍ਰੋਮਣੀ ਕਮੇਟੀ ਨੇ ਗੁੰਮ ਕੀਤੇ ਨੇ ਉਹਨਾਂ ਦਾ ਹਿਸਾਬ ਕਿਤਾਬ ਇਨਸਾਫ ਲੈਣ ਲਈ ਇਹ ਮੋਰਚਾ 7 ਜਨਵਰੀ ਤੋਂ ਲਗਾਤਾਰ ਚੱਲ ਰਿਹਾ ਹੈ ਖਾਲਸਾ ਸੰਘ ਸੰਘ ਜੀ ਆਪ ਵਧਾਈ ਦੇ ਪਾਤਰੋਂ ਇਸ ਮੋਰਚੇ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਲਗਾਉਂਦੇ ਹੋ ਗੁਰੂ ਜੀ ਤੁਹਾਡੇ ਉੱਤੇ ਕਿਰਪਾ ਹੈ ਕਿਉਂਕਿ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਹੋ ਜਿਨ੍ਹਾਂ ਦੀਆਂ ਅਜੇ ਤੱਕ ਜ਼ਮੀਰਾਂ ਹੀ ਨਹੀਂ ਜਾਗੀਆਂ ਉਹ ਇਸ ਮੋਰਚੇ ਤੱਕ ਪਹੁੰਚ ਨਹੀਂ ਕਰ ਰਹੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੋ ਪੰਜਾਬ ਦਾ ਮਾਹੌਲ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਇਹਨਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸਾਡੇ ਨੌਜਵਾਨਾਂ ਦੀ ਫੜੋ ਫੜਾਈ ਆਰੰਭ ਕਰ ਦਿੱਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਬੜੀ ਸ਼ਾਨ ਦੇ ਨਾਲ ਜਿਹੜੀ ਗ੍ਰਿਫਤਾਰੀ ਦਿੱਤੀ ਹੈ ਉਹ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਹੈ ਜਿਹੜੀਆਂ ਸਰਕਾਰਾਂ ਅਜੇ ਵੀ ਝੂਠ ਬੋਲਦੀਆਂ ਨੇ ਜਿਹੜਾ ਅਫਸਰ ਹੈ ਸੁਖਚੈਨ ਸਿੰਘ ਦੇਖੋ ਕਿੱਡਾ ਝੂਠ ਬੋਲਿਆ ਉਹਨੇ ਕਹਿੰਦਾ ਅਸੀਂ ਧੱਕੇ ਨਾਲ ਫੜਿਆ ਫੋਰਸਾਂ ਲਾ ਕੇ ਦੇਖੋ ਕਿੰਨਾ ਝੂਠ ਬੋਲਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਵੇਲੇ ਪਿੰਡ ਰੋਡਾ ਦੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦਾ ਜਨਮ ਸਥਾਨ ਹੈ ਉਸ ਗੁਰੂ ਦੇ ਘਰ ਦੇ ਵਿੱਚ ਨਿਤਨੇਮ ਕਰਕੇ ਅਰਦਾਸਾ ਸੋਧ ਕੇ ਸਿੱਖ ਸੰਗਤਾਂ ਨੂੰ ਸੰਬੋਧਨ ਹੋ ਕੇ ਕਿਹਾ ਕਿ ਅਸੀਂ ਗ੍ਰਿਫਤਾਰੀ ਦਿੰਦੇ ਹਾਂ ਬੜੀ ਸ਼ਾਨੋ ਸ਼ੌਕ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਪਰ ਸਰਕਾਰਾਂ ਝੂਠ ਬੋਲ ਰਹੀਆਂ ਨੇ ਜਿਹੜਾ ਸੋਸ਼ਲ ਮੀਡੀਆ ਗੋਦੀ ਮੀਡੀਆ ਸਾਨੂੰ ਹਮੇਸ਼ਾ ਹੀ ਬਦਨਾਮ ਕਰਨ ਤੇ ਤੁਲਿਆ ਰਹਿੰਦਾ ਹੈ ਉਹ ਵੀ ਦੇਖੋ ਕਿਸ ਤਰ੍ਹਾਂ ਖੱਪ ਪਾ ਰਹੇ ਨੇ ਸਕੰਜੇ ਦੇ ਵਿੱਚ ਆ ਗਿਆ ਅੰਮ੍ਰਿਤਪਾਲ ਆਹ ਹੋ ਗਿਆ ਖਾਲਸਾ ਜੀ ਇਹੋ ਜਿਹੇ ਪਰਮ ਪੋਕੰਡੇ ਕਰਕੇ ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਹੜਾ ਬੰਬ ਚਲਾਇਆ ਦੱਸਣ ਸਰਕਾਰਾਂ ਕਿੱਥੇ ਉਹਨਾਂ ਨੇ ਕਤਲੇਆਮ ਕੀਤਾ ਹੈ ਉਹ ਦੱਸਣ ਸਰਕਾਰਾਂ ਉਹਨਾਂ ਨੇ ਕੋਈ ਕਤਲੇਆਮ ਨਹੀਂ ਕੀਤਾ ਕੋਈ ਬੰਬ ਬਲਾਸਟ ਨਹੀਂ ਕੀਤਾ ਉਹਨਾਂ ਨੇ ਜੋ ਕੁਝ ਕੀਤਾ ਹੈ ਪੰਥ ਤੇ ਪੰਜਾਬ ਦੇ ਭਲੇ ਲਈ ਕੀਤਾ ਹੈ ਅੰਮ੍ਰਿਤਪਾਲ ਨੇ ਅੰਮ੍ਰਿਤ ਦੀ ਲਹਿਰ ਚਲਾਈ ਖਾਲਸਾ ਵੀਰ ਖਾਲਸਾ ਜੀ
नौजवान जिहड़े सी उहनां नूं नशियां दी दलदल दे विचों कढ़िया, एक नहीं दो नहीं सैकड़े नहीं हजारां दी गिणती दे विच नौजवानां ने अमृत छकिया, नशे छड के यह मिसाल तुहाडे सामने आ, आ उहनां दा दोष सी। इसे करके सरकारां ने एनएसए ला के उहनां नूं डिब्रूगढ़ जेल दे विच बंद कर दिता। भाई अमृतपाल सिंह नूं भी अज डिब्रूगढ़ जेल दे विच भेज दिता है। जे कोई सिख भाई अमृतपाल सिंह दे हक दे विच सोशल मीडिया ते पोस्ट पाउंदा है, शेयर करदा है, उहदी गल करदा, उहदे उत्ते परचा दर्ज करके सरकार अंदर कर दिंदी है। मैं सरकार नूं पुछणा चाहुंदा, किन्ना चिर तुसीं तसद्दद करोगे? आ पंजाब दे लोकां ने तुहानूं इस सत्ता दे उत्ते बिठाया इसे करके कि तुसीं बदला लियाओगे। आ बदला लियांदा तुसीं नौजवानां नूं फड़ के एनएसए ला के बेकसूरां नूं बीबियां नूं बेपत किया गया, बीबियां नूं थाणे दे विच जलील किया गया। की कसूर सी? वह बीबी जिहड़ी किरणजीत कौर एयरपोर्ट ते रोकी गई, उन्होंने आपके माँ प्यो नूं मिलने जाणा सी, वह क्यों नहीं जाण दित्ती? भाई बघेल सिंह दे परिवार नूं रखिया गया, होर परिवारां नूं छापे मार मार के बीबियां नूं जलील किया गया। आ गंदियां घनौणियां हरकतां तों सरकार आवाज आ जावे, वह दिन दूर नहीं। ए मन बनाई बैठे ने लोग, जे तुहानूं वोटां पा के सत्ता दे विच बिठा सकते ने तां ए लोग वोटां पा के सोनू सड़कां दे उत्ते तोर देणगे, जिवें इत्थे असीं बैठे रुल रहे हां। इंसाफ मंगदे हां, भगवंत मान उह समां आजाद करे जदों इत्थे अंब साहब भाई गुरबख्श सिंह ने बंदी सिंघां दी रिहाई दा मोर्चा लाया सी, उदों आ के स्पीचां दिंदा हुंदा सीगा कि असीं बंदी सिंघां नूं रिहाई करवाउणा चाहुंदे हां, साडी सरकार बना दो। इहदियां वीडियो पईआं ने, अज इह भजदा है बंदी सिंघां दी रिहाई तों। जे लोकां ने 92 एमएलए जिताए ने भी बदलाव लै के आऊगा, कोई बदलाव नहीं लियांदा, आप ही बदल गए। बदलाव इन्हां ने की लियाउणा सीगा? पंजाब दा पट्ठा गुल कर दिता, नौजवानां उत्ते परचे दर्ज करते, साढ़े उत्ते भी परचे दर्ज ने। खालसा जी, असीं भज्जण वाले नहीं, असीं मैदान दे विच खड़ के लड़ांगे सरकारां दे नाल, कानूनी लड़ाई कर रहे हां। ते मैं भाई अमृतपाल सिंह ते उहनां दे साथियां नूं कहना चाहुंदा, तुहानूं घबराउण दी लोड़ नहीं। आ पंथ बैठा कुंडलिया सब वीर खालसा अजे नहीं मरिया, ये खालसा पंथ जिउंदा है। असीं कानूनी जा चार जोई दे छिते तुहानूं रिहा करावांगे। जिथे किन्ना चिर सानूं इह तसद्दद करदे रहणगे? आ साडे बंदी सिंह ने जिन्हां ने सजावां पूरियां कर लखियां ने, साडे कौमी जरनैल जथेदार जगतार सिंह हवारा, साडे कौमी योधे भाई जगतार सिंह तारा, भाई परमजीत सिंह प्योरा, भाई शमशेर सिंह, भाई खैरा साहब, भाई राजवाणा साहब ते होर किन्ने भी योधे ने, गुरमीत सिंह जी, भाई लखविंदर सिंह लखा, सारी सरकारां ने कानून ते उल्ट जाके बंद कीते होए ने। सरकारां कहिंदियां ने सिख कानून नहीं मनते, संविधान नहीं मनते। सरकारे असी कानून मनते हैं, असी संविधान भी मनते हैं, ता ही इत्थे मोर्चा कानून तहत लाया होया। ते कानून कहिंदा है, संविधान कहिंदा है, सरकारे बंदी सिंह रिहा करो, क्यों नहीं करते? तुसी कानून दियां धज्जियां उड़ाइया ने, तुसी ने संविधान दियां धज्जियां उड़ाइया ने। आरएसएस बीजेपी आप सरकारां कानून नूं नहीं मंदियां, तां ही साडे बंदी सिंह रिहा नहीं हो रहे। खालसा जी, तुहानूं आओ, साडे कोल इक्को इक प्लेटफार्म है कौमी इंसाफ मोर्चे दा। खालसा जी, तुसीं साडा साथ दिओ, असीं तुहाडे नाल वादा। असीं डरन वाले नहीं खालसा जी,
असी कम करने वाले हाँ, असी गुरु दे पहरेदार हाँ, असी खालसा पंथ दे सिपाही हाँ। सतगुरां ने सानू बल बद उदम बख्शिश किया है, गुरु कियां लाडलियां फौजां दा खिताब दिता है। जे फौजां ना लड़ियां, जे फौजां ही मैदान छड़ के भज जाण, फिर की बनूगा पंजाब दा पंथ दा। इस करके जिहड़ा खालसा जी सानू लाडलियां फौजां दा खिताब तुहानू गुरु गोबिंद सिंह साहिब महाराज ने दिता है, असी पूरी तनदेही दे नाल इह पंथ दी सेवा कर रहे हां। असी डट के मोर्चे दे विच बैठे हां, कई उतरा चढ़ा आउंदे ने, बहुत कुछ हुंदा है। जे इह ना समझो कि इत्थे शमूलियत करकी आउण वाले समें दे विच इत्थे ठाठा मारदा कट होऊगा, क्योंकि सरकार ने इहदे तिन कारण ने कट कटण दे। नंबर एक, सरकार ने इन्नी दहशत पाती नौजवानों दे विच, पंजाब दे विच इत्थे सरकारी कंपनियां आ गईयां, फौज आ गई, ला दित्ती नौजवानों ते, तसद्दत करके उहनां नूं जेलां दे विच बंद कीता गया। NSA वर्गे परचे पा के उहनां नूं जेलां विच तोरिया गया। एक कारण इह आ। दूसरा कारण वड्डा कि सरकार ने ਜਿਹੜੇ ਇੱਥੋਂ ਦੀ ਰਿਕਾਰਡਿੰਗ ਕਰਦੇ ਸੀ ਮੀਡੀਆ, ਜਿਹੜਾ ਚੌਥਾ ਥੰਮ ਆ ਲੋਕਤੰਤਰ ਦਾ, ਜਿਹੜੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ ਮੀਡੀਆ ਚੈਨਲ, ਸਰਕਾਰ ਨੇ ਬੰਦ ਕਰ ਦਿੱਤੇ ਵੀ ਕੌਮੀ ਇਨਸਾਫ ਮੋਰਚੇ ਦੀ ਗੱਲ ਇਹ ਲੋਕਾਂ ਤੱਕ ਨਾ ਪਹੁੰਚ ਸਕੇ। ਦੂਸਰਾ ਕਾਰਨ ਇਹ ਆ, ਇੱਥੇ ਹੁਣ ਮੀਡੀਆ ਵਾਲਾ ਇੱਕੋ ਹੀ ਵੀਰ ਖੜਾ, ਸਾਰੇ ਚੈਨਲ ਬੰਦ ਕਰ ਦਿੱਤੇ, ਤਾਂ ਨਹੀਂ ਆਵਾਜ਼ ਜਿਹੜੀ ਕੌਮੀ ਮੋਰਚੇ ਦੀ ਸੰਗਤਾਂ ਤੱਕ ਪਹੁੰਚੀ, ਤਾਂ ਇਕੱਠ ਕਰਨ ਦਾ ਘੱਟ ਇਹ ਕਾਰਨ ਹੈ। ਤੀਸਰਾ ਕਾਰਨ ਹੈ ਕਿ ਵਾਢੀ ਦਾ ਸਮਾਂ ਹੈ, ਹੁਣ 10 ਕੁ ਦਿਨਾਂ ਤੱਕ ਸਾਰੀਆਂ ਸੰਗਤਾਂ ਨੇ ਵਾਢੀ ਕਰ ਲੈਣੀ ਹੈ, ਫਿਰ ਵਹੀਰਾਂ ਕੱਟ ਕੇ ਇੱਥੇ ਪਹੁੰਚਣਗੇ। ਬਹੁਤ ਸਾਰੀਆਂ ਸੰਗਤਾਂ ਨੂੰ ਇਹ ਵੀ ਰੋਸ ਹੈ ਕਿ ਕਈ ਕਮੇਟੀ ਮੈਂਬਰ ਆਪ ਹੁਜ਼ਰੀਆਂ ਕਰਦੇ ਨੇ, ਅਸੀਂ ਮੰਨਦੇ ਹਾਂ ਉਹਨਾਂ ਨੂੰ ਛੇਤੀ ਬਾਹਰ ਦਾ ਰਸਤਾ ਦਿਖਾਇਆ ਜਾਊਗਾ। ਜਿਹੜੇ ਆਪ ਹੁਜ਼ਰੀਆਂ ਕਰਦੇ ਨੇ, ਜਿਨ੍ਹਾਂ ਨੇ ਮੋਰਚੇ ਨੂੰ ਢਾ ਲਈ ਹੈ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਅਸੀਂ ਗੁਰੂ ਦੇ ਪਹਿਰੇਦਾਰ ਹਾਂ, ਨਾ ਕਿਸੇ ਤੋਂ ਕੁਛ ਲੈਣਾ, ਅਸੀਂ ਗੁਰੂ ਦੀ ਪਹਿਰੇਦਾਰੀ ਕਰਨੀ ਆ, ਨਾ ਵਿਕੀਆਂ ਨਾ ਸਰਕਾਰਾਂ ਨਾਲ ਗੱਲਬਾਤ ਨਹੀਂ। ਅਤੇ ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਹੈ, ਜੇ ਤੁਸੀਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੌਮੀ ਮੋਰਚੇ ਨੂੰ ਰਫਤਾਰ ਫੜ ਲੈਣੀ ਹੈ। ਚੜ੍ਹਦੀ ਕਲਾ ਦੇ ਵਿੱਚ ਇੱਥੇ ਲੋਕਾਂ ਨੇ ਆਉਣਾ ਹੈ, ਤੁਹਾਡੇ ਜਿਹੜੇ ਨਾਸੀ ਤੂਹਾਂ ਲਿਆ ਦੇਣਾ ਸੀ ਨੇ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋਕਤੰਤਰ ਦਾ ਰਾਜ ਹੈ। ਮੈਂ ਜਲੰਧਰ ਦੇ ਵਾਸੀਆਂ ਨੂੰ ਵੋਟ ਕਰਨਾ ਚਾਹੁੰਦਾ ਅਪੀਲ ਕਿ ਜਿਹੜੀ ਆ ਆਪ ਸਰਕਾਰ ਆ ਭਗਵੰਤ ਮਾਨ ਦੀ, ਇਹਨਾਂ ਨੂੰ ਪਛਾੜ ਦਿਓ, ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ। ਜੇ ਲੋਕਤੰਤਰ ਦਾ ਰਾਜ ਹੈ, ਇਹਨਾਂ ਨੂੰ ਦੱਸ ਦਿਓ ਵੀ ਅਜੇ ਲੋਕ ਜਿਉਂਦੇ ਨੇ, ਧੱਕਾ ਕੀਤਾ ਤੁਸੀਂ ਨੇ ਸਾਡੇ ਨਾਲ, ਧੱਕਾ ਕਰ ਰਹੇ ਹੋ। ਅਤੇ ਖਾਲਸਾ ਜੀ, ਤੁਸੀਂ ਸਾਡਾ ਸਾਥ ਦਿਓ, ਕੌਮੀ ਇਨਸਾਫ ਮੋਰਚੇ ਦਾ ਅਸੀਂ ਕਾਨੂੰਨ ਦੇ ਜ਼ਾਬਤੇ ਦੇ ਵਿੱਚ ਰਹਿ ਕੇ, ਅਸੀਂ ਸੰਵਿਧਾਨ ਦੇ ਅਨੁਸਾਰ ਜਿਹੜੇ ਸਾਡੇ ਸਾਥੀ ਫੜੇ ਨੇ, ਜਿੰਨੇ ਵੀ ਨੌਜਵਾਨਾਂ ਉੱਤੇ NSA ਲੱਗਿਆ, ਸਾਰਿਆਂ ਨੂੰ ਬਾਹਰ ਲੈ ਕੇ ਆਵਾਂਗੇ, ਕਾਨੂੰਨ ਦੀ ਲੜਾਈ ਲੜਾਂਗੇ। ਅਤੇ ਜਿਹੜੇ ਸਾਡੇ ਬੰਦੀ ਸਿੰਘ ਨੇ, ਇਹਨਾਂ ਨੂੰ ਵੀ ਬਾਹਰ ਲੈ ਕੇ ਆਵਾਂਗੇ। ਉਹਨਾਂ ਚਿਰ ਨਹੀਂ ਜਾਂਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ, ਆ ਸਾਡੇ ਸਿੰਘ ਬਾਹਰ ਨਹੀਂ ਆ ਜਾਂਦੇ, ਉਹਨਾਂ ਚਿਰ ਅਸੀਂ ਡਟ ਕੇ ਬੈਠੇ ਹਾਂ, ਸ਼ਾਂਤੀ ਦੇ ਵਿੱਚ ਬੈਠੇ ਹਾਂ, ਜਾਬਤੇ ਦੇ ਵਿੱਚ ਬੈਠੇ ਹਾਂ। ਖਾਲਸਾ ਜੀ, ਤੁਸੀਂ ਸਾਡਾ ਸਾਥ ਦਿਓ। ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ, ਤੁਹਾਨੂੰ ਡਰਨ ਦੀ ਲੋੜ ਨਹੀਂ, ਕੁਛ ਨਹੀਂ ਕਰ ਸਕਦੇ, ਡਰਾਉਂਦੇ ਨੇ, ਡਰਨਾ ਨਹੀਂ ਹੈਗਾ। ਤੁਸੀਂ ਆਓ, ਵਹੀਰਾਂ ਕੱਟ ਕੇ ਆਓ ਇਸ ਕੌਮੀ ਮੋਰਚੇ ਦੇ ਵਿੱਚ, ਅਤੇ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਮਸਲੇ ਹੱਲ ਹੋ ਜਾਣਗੇ। ਜੇ ਤੁਸੀਂ ਸਾਡਾ ਸਾਥ ਦਿਓਗੇ, ਇੱਥੇ ਡਟ ਕੇ ਪਹੁੰਚੋਗੇ। ਮੈਂ ਆਖਰ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਹਾਂ, ਸਾਰਿਆਂ ਨੂੰ ਜੀਓ ਆਇਆ ਕਹਿਣਾ, ਜਿਨ੍ਹਾਂ ਵੀ ਢਾਡੀ ਜਥੇ ਇੱਥੇ ਆਏ ਹੋਏ ਨੇ, ਮੇਰੀਆਂ ਭੈਣਾਂ ਆਈਆਂ ਨੇ, ਮਾਤਾਵਾਂ ਆਈਆਂ ਨੇ, ਵੀਰ ਆਏ ਨੇ, ਬਜ਼ੁਰਗ ਆਏ ਨੇ, ਸਾਰਿਆਂ ਦਾ ਧੰਨਵਾਦ। ਬਸ ਇਹੀ ਅਪੀਲ ਹੈ ਕਿ ਆਓ, ਵਹੀਰਾਂ ਕੱਟ ਕੇ ਕੌਮੀ ਇਨਸਾਨ ਮੋਰਚੇ 'ਤੇ ਪਹੁੰਚ ਕੇ ਹਾਜ਼ਰੀ ਲਵਾਓ, ਤਾਂ ਕਿ ਉਹ ਬੰਦੀ ਸਿੰਘ
वीर छेती तो छेती बाहर आ सकन इनिया बेलनिया प्रवान करो पुलां चुकां दी खिमा वाहिगुरु जी का खालसा वाहिगुरु।